ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਐਸ ਪੀ ਟ੍ਰੈਫਿਕ ਮੋਹਾਲੀ ਗੁਰਜੋਤ ਸਿੰਘ ਕਲੀਰ ਔਰ ਅੱਜ ਇਸ ਵੀਡੀਓ ਦੇ ਰਾਹੀਂ ਮੈਂ ਤੁਹਾਡੇ ਨਾਲ ਇੱਕ ਇੰਸੀਡੈਂਟ ਸ਼ੇਅਰ ਕਰਨ ਜਾ ਰਿਹਾ ਕੁਝ ਦਿਨ ਪਹਿਲਾਂ ਇੱਕ ਤੇਜ਼ ਰਫ਼ਤਾਰ ਦੇ ਨਾਲ ਆਉਂਦੀ ਹੋਈ ਇੱਕ ਵਾਹਨ ਨੇ ਇੱਕ ਔਰਤ ਦੀ ਅਚਨਚੇਤ ਜਾਨ ਲੈ ਲਈ ਇਹ ਹੈ ਮੇਰੇ ਨਾਲ ਬਾਦਲ ਔਰ ਇਹ ਹੈ ਮੇਰੇ ਨਾਲ ਤਾਨਿਆ ਉਹ ਜਿਹੜੀ ਔਰਤ ਸੀ ਜਿਸ ਦੀ ਅਚਨਚੇਤ ਮੌਤ ਹੋਈ ਉਸ ਤੇਜ਼ ਰਫ਼ਤਾਰ ਦੀ ਗੱਡੀ ਦੇ ਨਾਲ ਉਹ ਇਹਨਾਂ ਦੀ ਮਾਂ ਸੀ ਔਰ ਇਹ ਬੱਚਿਆਂ ਦੇ ਜਿਹੜੇ ਪਿਤਾ ਜੀ ਨੇ ਉਹ ਆਲਰੇਡੀ ਉਹਨਾਂ ਦਾ ਸਵਰਗਵਾਸ ਹੋ ਚੁੱਕਿਆ ਮੈਂ ਇਸ ਵੀਡੀਓ ਦੇ ਰਾਹੀਂ ਤੁਹਾਨੂੰ ਇਹ ਜਸਟ ਜਾਗਰੂਕਤਾ ਕਰਨੀ ਚਾਹੁੰਦਾ ਕਿ ਜਦੋਂ ਅਸੀਂ ਆਪਣੀ ਸੜਕਾਂ 'ਤੇ ਜਦੋਂ ਤੇਜ਼ ਰਫ਼ਤਾਰ ਦੇ ਵਿੱਚ ਗੱਡੀਆਂ ਚਲਾਉਂਦੇ ਹਾਂ ਤਾਂ ਉਹ ਸਿਰਫ ਅਸੀਂ ਆਪਣੀ ਖੁਦ ਦੀ ਆਤਮ ਹੱਤਿਆ ਦੀ ਤਿਆਰੀ ਨਹੀਂ ਕਰਦੇ ਲੇਕਿਨ ਅਸੀਂ ਦੂਸਰਿਆਂ ਦੀ ਵੀ ਜ਼ਿੰਦਗੀਆਂ ਦੇ ਵਿੱਚ ਹਨੇਰਾ ਕਰ ਦਿੰਦੇ ਹਾਂ ਅਸੀਂ ਜਦੋਂ ਆਪਣੀ ਗੱਡੀ ਦੇ ਅਸੀਂ ਐਕਸਲਰੇਟਰ 'ਤੇ ਪੈਰ ਰੱਖਦੇ ਹਾਂ ਔਰ ਡੇਂਜਰਸ ਡਰਾਈਵਿੰਗ ਕਰਦੇ ਹਾਂ ਓਵਰ ਸਪੀਡਿੰਗ ਕਰਦੇ ਹਾਂ ਤਾਂ ਅਸੀਂ ਆਪਣੀ ਜਾਨ ਦੇ ਨਾਲ ਨਾਲ ਦੂਜਿਆਂ ਦੀ ਜਾਨਾਂ ਨੂੰ ਵੀ ਜੋਖਮ 'ਚ ਪਾਉਂਦੇ ਹਾਂ ਅੱਜ ਇਸ ਇੰਸੀਡੈਂਟ ਦੇ ਰਾਹੀਂ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਸਿਰਫ ਜਦੋਂ ਆਪਾਂ ਯੂਨੋ ਗੱਡੀਆਂ ਜਦੋਂ ਸੜਕਾਂ 'ਤੇ ਚਲਾਈਏ ਤਾਂ ਇੱਕ ਸਹੀ ਸਪੀਡ ਲਿਮਿਟ 'ਚ ਚਲਾਈਏ ਤਾਂ ਕਿ ਆਪਣੇ ਨਾਲ ਨਾਲ ਦੂਜਿਆਂ ਦੀ ਵੀ ਜਾਨਾਂ ਦਾ ਖਿਆਲ ਕਰੀਏ ਸੜਕ ਹਾਦਸਿਆਂ ਦੇ ਵਿੱਚ ਲੋਕਾਂ ਨੂੰ ਮੌਤ ਦੇ ਘਾਟ ਨਾ ਉਤਾਰੀਏ ਇਹ ਬੇਨਤੀ ਮੈਂ ਨਾ ਇੱਕ ਸਿਰਫ ਪੁਲਿਸ ਆਫਿਸਰ ਹੋਣ ਦੇ ਨਾਤੇ ਨਹੀਂ ਬਟ ਇੱਕ ਇਨਸਾਨੀਅਤ ਦੇ ਨਾਤੇ ਵੀ ਤੁਹਾਡੇ ਸਾਰਿਆਂ ਨਾਲ ਕਰ ਰਿਹਾ ਕਿ ਇਹ ਛੋਟੇ ਛੋਟੇ ਬੱਚਿਆਂ ਦੀ ਤਰ੍ਹਾਂ ਸਾਡੀ ਲਾਈਫ ਦੇ ਵਿੱਚ ਕਿੰਨੇ ਐਸੇ ਇੰਸੀਡੈਂਟਸ ਨੇ ਜਿਨ੍ਹਾਂ ਰਾਹੀਂ ਅਸੀਂ ਲੋਕਾਂ ਦੀ ਜਾਨਾਂ ਨੂੰ ਬਚਾ ਸਕਦੇ ਹਾਂ ਸਿਰਫ ਇੱਕ ਜਾਨ ਨਹੀਂ ਜਾਂਦੀ ਉਸ ਦੇ ਨਾਲ ਜੁੜੀਆਂ ਹੋਈਆਂ ਜ਼ਿੰਦਗੀਆਂ 'ਚ ਵੀ ਨੇਰਾ ਆ ਜਾਂਦਾ ਐਜ਼ ਅ ਪੁਲਿਸ ਆਫਿਸਰ ਅਸੀਂ ਇਸ ਕੇਸ ਨੂੰ ਬਹੁਤ ਡੂੰਘਾਈ ਦੇ ਵਿੱਚ ਅਸੀਂ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਔਰ ਅਸੀਂ ਉਮੀਦ ਕਰਦੇ ਹਾਂ ਕਿ ਜਲਦੀ ਹੀ ਉਸ ਵਾਹਨ ਨੂੰ ਆਈਡੈਂਟੀਫਾਈ ਕਰਕੇ ਅਸੀਂ ਇਹ ਬੱਚਿਆਂ ਨੂੰ ਜਸਟਿਸ ਦਿਲਾਵਾਂਗੇ ਔਰ ਸਰਕਾਰ ਦੇ ਵੱਲੋਂ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਵੀ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨਾਂ ਨੂੰ ਜਿਹੜਾ ਮੁਆਵਜ਼ਾ ਹੈ ਉਹ ਮਿਲੇ ਔਰ ਇਹਨਾਂ ਦੀ ਐਜੂਕੇਸ਼ਨ ਜਿਹੜੀ ਹੈ ਉਸ ਦੇ ਵਿੱਚ ਵੀ ਮਦਦ ਹੋ ਸਕੇ ਔਰ ਲੱਗ ਅਸੀਂ ਅੱਜ ਇਹਨਾਂ ਲਈ ਕੁਛ ਅਸੀਂ ਕੰਬਲ ਵਗੈਰਾ ਲੈ ਕੇ ਆਏ ਸੀਗੇ ਔਰ ਕੁਛ ਕੱਪੜੇ ਲੈ ਕੇ ਆਏ ਸੀ ਸਰਦੀਆਂ ਦੇ ਅਸੀਂ ਬੱਚਿਆਂ ਦਾ ਦੁੱਖ ਤਾਂ ਘੱਟ ਨਹੀਂ ਕਰ ਸਕਦੇ ਲੇਕਿਨ ਆਪਣੇ ਵੱਲੋਂ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਅਸੀਂ ਬੱਚਿਆਂ ਦੇ ਲਈ ਔਰ ਇਹਨਾਂ ਦੇ ਪਰਿਵਾਰ ਲਈ ਅਸੀਂ ਜੋ ਵੀ ਮਦਦ ਕਰੀਏ ਅਸੀਂ ਉਹ ਕਰਾਂਗੇ ਔਰ ਸਭ ਨੂੰ ਮੈਂ ਬੇਨਤੀ ਕਰਦਾ ਕਿ ਜਿਹੜੀ ਤੁਸੀਂ ਆ ਵਾਹਨ ਚਲਾਉਂਦੇ ਹੋ ਸੜਕਾਂ 'ਤੇ ਉਹ ਕਾਇੰਡਲੀ ਇੱਕ ਰਿਕੁਐਸਟ ਹੈ ਕਿ ਆਪਣੀ ਸਿਰਫ ਚਲਾਨ ਦੇ ਡਰ ਤੋਂ ਨਹੀਂ ਜਾਂ ਕਾਨੂੰਨ ਦੇ ਡਰ ਤੋਂ ਨਹੀਂ ਲੇਕਿਨ ਇੱਕ ਇਨਸਾਨੀਅਤ ਦੇ ਨਾਤੇ ਆਪਣੀ ਗੱਡੀਆਂ ਨੂੰ ਸਹੀ ਸਪੀਡ 'ਤੇ ਚਲਾਓ ਤਾਂ ਕਿ ਜਿਹੜੀ ਸੜਕ ਸੁਰੱਖਿਆ ਹੈ ਉਹ ਜੀਵਨ ਸੁਰੱਖਿਆ ਬਣ ਸਕੇ ਥੈਂਕ ਯੂ ਵੈਰੀ ਮੱਚ ਜੈ ਹਿੰਦ ਹੱਕ ਤੇ ਸੱਚ ਦੀ ਖਬਰ ਲਈ ਲਾਈਕ ਤੇ ਸਬਸਕ੍ਰਾਈਬ ਕਰੋ ਪੰਜਾਬ ਦਾ ਨੰਬਰ 1 ਡਿਜੀਟਲ ਨਿਊਜ਼ ਚੈਨਲ ਦ ਫੈਕਟ ਨਿਊਜ਼।